ਕਰਕੇ ਲਾ ਐਂਡ ਆਰਡਰ ਨੂੰ ਲੈ ਕੇ, ਕਿਉਂਕਿ ਫਿਰੋਜ਼ਪੁਰ ਦੇ ਵਿੱਚ ਤਾਜ਼ਾ ਘਟਨਾ ਜਿਹੜੀ ਵਾਪਰੀ ਉਸ ਨੂੰ ਲੈ ਕੇ ਕਿਵੇਂ ਗੋਲੀ ਚੱਲੀ, 3 ਲੋਕਾਂ ਦੀ ਮੌਕੇ 'ਤੇ ਜਾਨ ਚਲੀ ਗਈ, ਉਸ ਨੂੰ ਲੈ ਕੇ ਲਗਾਤਾਰ ਸਵਾਲ ਚੁੱਕ ਰਹੇ ਨੇ, ਹੋਰ ਮਸਲਿਆਂ ਨੂੰ ਲੈ ਕੇ ਸਵਾਲ ਚੱਕੇ ਜਾ ਰਹੇ ਨੇ। ਦੇਖੋ ਜੀ, ਜਿਹੜੀ ਫਿਰੋਜ਼ਪੁਰ ਕੱਲ੍ਹ ਹਾਦਸਾ ਵਾਪਰਿਆ ਹੈ ਉਹ ਬਹੁਤ ਹੀ ਮੰਦਭਾਗ ਹੈ, ਔਰ ਦੋਸ਼ੀ ਜਿਹੜੇ ਹੈਗੇ ਆ ਉਹ ਅਰੈਸਟ ਕਰ ਲਿੱਤੇ ਗਏ ਆ, ਔਰ ਵਿਰੋਧੀ ਧਿਰ ਪਤਾ ਨਹੀਂ ਕਿਹੜੀਆਂ ਗੱਲਾਂ ਤੋਂ ਲੈ ਕੇ ਜਿਹੜੇ ਹਮੇਸ਼ਾ ਸਦਨ ਦੇ ਵਿੱਚ ਹੰਗਾਮਾ ਕਰਦੇ ਰਹਿੰਦੇ ਆ, ਕਿਉਂਕਿ ਸਾਡੇ ਮਾਣਯੋਗ ਮੁੱਖ ਮੰਤਰੀ ਹਮੇਸ਼ਾ ਪੰਜਾਬ ਦੇ ਹਿੱਤਾਂ ਦੇ ਲਈ ਕੰਮ ਕਰ ਰਹੇ ਆ। ਕੱਲ੍ਹ ਜੋ ਇੱਕ ਇਤਿਹਾਸਿਕ ਫੈਸਲਾ ਲਿੱਤਾ ਗਿਆ, ਕਿਉਂਕਿ ਅਸੀਂ ਸਾਰੇ ਜਿਹੜੇ ਮਿਡਲ ਕਲਾਸ ਫੈਮਿਲੀਜ਼ ਤੋਂ ਬਿਲੋਂਗ ਕਰਦੇ ਹਾਂ, ਸਾਰਿਆਂ ਨੂੰ ਬਹੁਤ ਦਿੱਕਤਾਵਾਂ ਆ ਰਹੀਆਂ ਸੀਗੀਆਂ ਕਿ NOCs ਦੀ ਜਿਹੜੀ ਦਿੱਕਤ ਚੱਲ ਰਹੀ ਸੀਗੀ। ਸੋ ਕੱਲ੍ਹ ਇਹ ਇਤਿਹਾਸਕ ਫੈਸਲਾ ਲੈ ਕੇ ਸਾਡੇ ਪੰਜਾਬ ਦੇ ਕਰੋੜਾਂ ਲੋਕਾਂ ਨੂੰ ਜਿਹੜਾ ਉਸਦਾ ਲਾਭ ਮਿਲੇਗਾ ਔਰ ਮਿਲਣ ਜਾ ਰਿਹਾ, ਔਰ ਚਾਹੇ ਉਹ ਸਕੂਲਾਂ ਦੀ ਗੱਲ ਹੋਵੇ, ਚਾਹੇ ਸੜਕ ਸੁਰੱਖਿਆ ਫੋਰਸ ਹੋਵੇ, ਚਾਹੇ ਉਹ ਤੁਸੀਂ ਕੋਈ ਵੀ ਡਿਪਾਰਟਮੈਂਟ ਲੈ ਲਓ, ਹਰ ਜਿਹੜੇ ਕੰਮ ਕੀਤੇ ਜਾ ਰਹੇ ਆ, ਪਿੰਡਾਂ ਦੇ ਵਿੱਚ ਕੰਮ ਕੀਤੇ ਜਾ ਰਹੇ ਆ, ਸੜਕਾਂ ਬਣ ਰਹੀਆਂ ਨੇ, ਨਵੇਂ ਸਕੂਲ ਬਣ ਰਹੇ ਆ, ਲਿਵਰ ਇੰਸਟੀਟਿਊਟ ਮੋਹਾਲੀ ਦੇ ਵਿੱਚ ਇੱਕ ਬਣਿਆ ਜੋ ਸਾਡੇ ਲਿਵਰ ਪੇਸ਼ੈਂਟ ਅਤੇ ਕੈਂਸਰ ਪੇਸ਼ੈਂਟਸ ਦੇ ਲਈ ਵਰਦਾਨ ਸਾਬਿਤ ਹੋ ਰਿਹਾ, ਔਰ ਪੰਜਾਬ ਸਰਕਾਰ ਸਾਡੇ ਪੰਜਾਬੀਆਂ ਅਤੇ ਸਾਡੇ ਕਿਸਾਨ ਵੀਰਾਂ ਦੇ ਹਿੱਤਾਂ ਦੇ ਲਈ ਅਤੇ ਵਪਾਰੀ ਵਰਗ ਲਈ ਲਗਾਤਾਰ ਅੱਛੇ ਫੈਸਲੇ ਲੈ ਰਹੀ ਹੈ ਔਰ ਲੈਂਦੇ। ਵਿਰੋਧੀ ਧਿਰ ਕਹਿੰਦੀ ਹੈ ਕਿ ਕਿਉਂਕਿ ਤੁਸੀਂ ਇੱਕ ਮਹਿਲਾ ਹੋ, ਕਹਿੰਦੇ ਔਰਤਾਂ ਨਾਲ ਕੀਤਾ ਵਾਅਦਾ ਹਜੇ ਵੀ ਲਟਕ ਰਿਹਾ, ਹਾਲਾਂਕਿ ਜਲੰਧਰ ਚੋਣਾਂ ਵੇਲੇ ਕਿਹਾ ਗਿਆ ਸੀ ਕਿ ਜਲਦੀ ਉਹ ਫੈਸਲਾ ਵੀ ਜਿਹੜਾ ਲੈ ਲਿਆ ਜਾਵੇਗਾ, ਪਰ ਉਹ ਵੀ ਹਲੇ ਮਸਲਾ ਲਟਕ ਰਿਹਾ। ਬਿਲਕੁਲ ਜੀ, ਉਹ ਜਲਦੀ ਕਰਨ ਜਾ ਰਹੇ ਆ, ਕਿਉਂਕਿ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਅਤੇ ਸਾਡੀ ਸੀਨੀਅਰ ਲੀਡਰਸ਼ਿਪ ਨੇ ਵਾਅਦਾ ਕੀਤਾ ਔਰ ਜਲਦੀ ਇਸ 'ਤੇ ਫੈਸਲਾ ਲਿੱਤਾ ਜਾਵੇਗਾ। ਡਾਕਟਰ ਮਨਦੀਪ ਕੌਰ, ਅੱਜ ਅੰਦਰ ਕਿਸ ਵਿਸ਼ੇ 'ਤੇ ਕੋਈ ਚਰਚਾ ਹੈ, ਕੋਈ ਇਲਾਕੇ ਦਾ ਮਸਲਾ? ਮੇਰੇ ਜਿਹੜੀਆਂ ਸੜਕਾਂ ਹੈਗੀਆਂ ਜੀ, ਕਿਉਂਕਿ ਫਲਾਈਓਵਰਸ ਦੇ ਨਾਲ ਘਿਰਿਆ ਹੋਇਆ ਚਾਰੋਂ ਸਾਈਡਸ ਤੋਂ ਮੇਰੇ ਮੋਗਾ, ਜਿਹੜੀਆਂ ਮੇਨ ਸੜਕਾਂ ਨੇ ਸਾਡੀਆਂ ਇਹਨਾਂ ਫਲਾਈਓਵਰਸ ਦੇ ਨਾਲ ਜੁੜਦੀਆਂ ਨੇ, ਜਾ ਕੇ ਉਹਨਾਂ ਦੀ ਬਿਰਥ ਘੱਟ ਹੋਣ ਕਰਕੇ ਲਗਾਤਾਰ ਜਿਹੜੇ ਹਾਦਸੇ ਵਾਪਰਦੇ ਆ। ਸੋ ਮੈਂ ਉਹ ਬੇਨਤੀ ਕਰੂੰਗੀ ਸਾਡੇ ਮਾਣਯੋਗ ਮੁੱਖ ਮੰਤਰੀ, ਸਾਡੇ ਕੰਸਰਨ ਮੰਤਰੀ ਸਾਹਿਬਾਨ ਨੂੰ ਕਿ ਉਹਨਾਂ ਬਾਰੇ ਸੋਚਿਆ ਜਾਵੇ ਅਤੇ ਉਹਨਾਂ ਦੀ ਵਾਈਡਨਿੰਗ ਦਾ ਜਿਹੜਾ ਕੰਮ ਜਲਦੀ ਕਰਵਾਇਆ ਜਾਵੇ, ਇਸ ਕਰਕੇ ਲਾ ਐਂਡ ਆਰਡਰ ਨੂੰ ਲੈ ਕੇ, ਕਿਉਂਕਿ ਫਿਰੋਜ਼ਪੁਰ ਦੇ ਵਿੱਚ ਤਾਜ਼ਾ ਘਟਨਾ ਜਿਹੜੀ ਵਾਪਰੀ ਉਸ ਨੂੰ ਲੈ ਕੇ ਕਿਵੇਂ ਗੋਲੀ ਚੱਲੀ, 3 ਲੋਕਾਂ ਦੀ ਮੌਕੇ 'ਤੇ ਜਾਨ ਚਲੀ ਗਈ, ਉਸ ਨੂੰ ਲੈ ਕੇ ਲਗਾਤਾਰ ਸਵਾਲ ਚੁੱਕ ਰਹੇ ਨੇ, ਹੋਰ ਮਸਲਿਆਂ ਨੂੰ ਲੈ ਕੇ ਸਵਾਲ ਚੱਕੇ ਜਾ ਰਹੇ ਨੇ। ਦੇਖੋ ਜੀ, ਜਿਹੜੀ ਫਿਰੋਜ਼ਪੁਰ ਕੱਲ੍ਹ ਹਾਦਸਾ ਵਾਪਰਿਆ ਉਹ ਬਹੁਤ ਹੀ ਮੰਦਭਾਗ ਹੈ, ਔਰ ਦੋਸ਼ੀ ਜਿਹੜੇ ਹੈਗੇ ਆ ਉਹ ਅਰੈਸਟ ਕਰ ਲਿੱਤੇ ਗਏ ਆ, ਔਰ ਵਿਰੋਧੀ ਧਿਰ ਪਤਾ ਨਹੀਂ ਕਿਹੜੀਆਂ ਗੱਲਾਂ ਤੋਂ ਲੈ ਕੇ ਜਿਹੜੇ ਹਮੇਸ਼ਾ ਸਦਨ ਦੇ ਵਿੱਚ ਹੰਗਾਮਾ ਕਰਦੇ ਰਹਿੰਦੇ ਆ, ਕਿਉਂਕਿ ਸਾਡੇ ਮਾਣਯੋਗ ਮੁੱਖ ਮੰਤਰੀ ਹਮੇਸ਼ਾ ਪੰਜਾਬ ਦੇ ਹਿੱਤਾਂ ਦੇ ਲਈ ਕੰਮ ਕਰ ਰਹੇ ਆ। ਕੱਲ੍ਹ ਜੋ ਇੱਕ ਇਤਿਹਾਸਿਕ ਫੈਸਲਾ ਲਿੱਤਾ ਗਿਆ, ਕਿਉਂਕਿ ਅਸੀਂ ਸਾਰੇ ਜਿਹੜੇ ਮਿਡਲ ਕਲਾਸ ਫੈਮਿਲੀਜ਼ ਤੋਂ ਬਿਲੋਂਗ ਕਰਦੇ ਹਾਂ, ਸਾਰਿਆਂ ਨੂੰ ਬਹੁਤ ਦਿੱਕਤਾਵਾਂ ਆ ਰਹੀਆਂ ਸੀਗੀਆਂ ਕਿ NOCs ਦੀ ਜਿਹੜੀ ਦਿੱਕਤ ਚੱਲ ਰਹੀ ਸੀਗੀ। ਸੋ ਕੱਲ੍ਹ ਇਹ ਇਤਿਹਾਸਕ ਫੈਸਲਾ ਲੈ ਕੇ ਸਾਡੇ ਪੰਜਾਬ ਦੇ ਕਰੋੜਾਂ ਲੋਕਾਂ ਨੂੰ ਜਿਹੜਾ ਉਸਦਾ ਲਾਭ ਮਿਲੇਗਾ ਔਰ ਮਿਲਣ ਜਾ ਰਿਹਾ, ਔਰ ਚਾਹੇ ਉਹ ਸਕੂਲਾਂ ਦੀ ਗੱਲ ਹੋਵੇ, ਚਾਹੇ ਸੜਕ ਸੁਰੱਖਿਆ ਫੋਰਸ ਹੋਵੇ, ਚਾਹੇ ਉਹ ਤੁਸੀਂ ਕੋਈ ਵੀ ਡਿਪਾਰਟਮੈਂਟ ਲੈ ਲਓ, ਹਰ ਜਿਹੜੇ ਕੰਮ ਕੀਤੇ ਜਾ ਰਹੇ ਆ, ਪਿੰਡਾਂ ਦੇ ਵਿੱਚ ਕੰਮ ਕੀਤੇ ਜਾ ਰਹੇ ਆ, ਸੜਕਾਂ ਬਣ ਰਹੀਆਂ ਨੇ, ਨਵੇਂ ਸਕੂਲ ਬਣ ਰਹੇ ਆ, ਲਿਵਰ ਇੰਸਟੀਟਿਊਟ ਮੋਹਾਲੀ ਦੇ ਵਿੱਚ ਇੱਕ ਬਣਿਆ ਜੋ ਸਾਡੇ ਲਿਵਰ ਪੇਸ਼ੈਂਟ ਅਤੇ ਕੈਂਸਰ ਪੇਸ਼ੈਂਟਸ ਦੇ ਲਈ ਵਰਦਾਨ ਸਾਬਿਤ ਹੋ ਰਿਹਾ, ਔਰ ਪੰਜਾਬ ਸਰਕਾਰ ਸਾਡੇ ਪੰਜਾਬੀਆਂ ਅਤੇ ਸਾਡੇ ਕਿਸਾਨ ਵੀਰਾਂ ਦੇ ਹਿੱਤਾਂ ਦੇ ਲਈ ਅਤੇ ਵਪਾਰੀ ਵਰਗ ਲਈ ਲਗਾਤਾਰ ਅੱਛੇ ਫੈਸਲੇ ਲੈ ਰਹੀ ਹੈ ਔਰ ਲੈਂਦੇ। ਵਿਰੋਧੀ ਧਿਰ ਕਹਿੰਦੀ ਹੈ ਕਿ ਕਿਉਂਕਿ ਤੁਸੀਂ ਇੱਕ ਮਹਿਲਾ ਹੋ, ਕਹਿੰਦੇ ਔਰਤਾਂ ਨਾਲ ਕੀਤਾ ਵਾਅਦਾ ਹਜੇ ਵੀ ਲਟਕ ਰਿਹਾ, ਹਾਲਾਂਕਿ ਜਲੰਧਰ ਚੋਣਾਂ ਵੇਲੇ ਕਿਹਾ ਗਿਆ ਸੀ ਕਿ ਜਲਦੀ ਉਹ ਫੈਸਲਾ ਵੀ ਜਿਹੜਾ ਲੈ ਲਿਆ ਜਾਵੇਗਾ, ਪਰ ਉਹ ਵੀ ਹਲੇ ਮਸਲਾ ਲਟਕ ਰਿਹਾ। ਬਿਲਕੁਲ ਜੀ, ਉਹ ਜਲਦੀ ਕਰਨ ਜਾ ਰਹੇ ਆ, ਕਿਉਂਕਿ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਅਤੇ ਸਾਡੀ ਸੀਨੀਅਰ ਲੀਡਰਸ਼ਿਪ ਨੇ ਵਾਅਦਾ ਕੀਤਾ ਔਰ ਜਲਦੀ ਇਸ 'ਤੇ ਫੈਸਲਾ ਲਿੱਤਾ ਜਾਵੇਗਾ। ਡਾਕਟਰ ਮਨਦੀਪ ਕੌਰ, ਅੱਜ ਅੰਦਰ ਕਿਸ ਵਿਸ਼ੇ 'ਤੇ ਕੋਈ ਚਰਚਾ ਹੈ, ਕੋਈ ਇਲਾਕੇ ਦਾ ਮਸਲਾ? ਮੇਰੇ ਜਿਹੜੀਆਂ ਸੜਕਾਂ ਹੈਗੀਆਂ ਜੀ, ਕਿਉਂਕਿ ਫਲਾਈਓਵਰਸ ਦੇ ਨਾਲ ਘਿਰਿਆ ਹੋਇਆ ਚਾਰੋਂ ਸਾਈਡਸ ਤੋਂ ਮੇਰੇ ਮੋਗਾ, ਜਿਹੜੀਆਂ ਮੇਨ ਸੜਕਾਂ ਨੇ ਸਾਡੀਆਂ ਇਹਨਾਂ ਫਲਾਈਓਵਰਸ ਦੇ ਨਾਲ ਜੁੜਦੀਆਂ ਨੇ, ਜਾ ਕੇ ਉਹਨਾਂ ਦੀ ਬਿਰਥ ਘੱਟ ਹੋਣ ਕਰਕੇ ਲਗਾਤਾਰ ਜਿਹੜੇ ਹਾਦਸੇ ਵਾਪਰਦੇ ਆ। ਸੋ ਮੈਂ ਉਹ ਬੇਨਤੀ ਕਰੂੰਗੀ ਸਾਡੇ ਮਾਣਯੋਗ ਮੁੱਖ
ਮੁੱਖ ਮੰਤਰੀ ਸਾਡੇ ਕੰਸਰਨ ਮੰਤਰੀ ਸਾਹਿਬਾਨ ਨੂੰ ਕਿ ਉਹਨਾਂ ਬਾਰੇ ਸੋਚਿਆ ਜਾਵੇ ਅਤੇ ਉਹਨਾਂ ਦੀ ਵਾਈਡਨਿੰਗ ਦਾ ਜਿਹੜਾ ਕੰਮ ਜਲਦੀ ਕਰਵਾਇਆ ਜਾਵੇ।